ਐਲਸੀਡੀ ਵੇਖ ਦੇ ਪਿਆ ਤੂੰ ਹੁਰੈਨ ਸਾਡੀ ਬਹਿ ਗਈ ਹੁਰੈਨ ਨੂੰ ਐਲਸੀਡੀ ਚਲਾਉਣ ਨਹੀਂ ਆਉਂਦੀ ਮੈਨੂੰ ਖੋਤੇ ਜਿਹੀ ਹੋ ਗਈ ਮੈਨੂੰ ਐਲਸੀਡੀ ਜਾਣੀ ਹੁਰੈਨ ਐਲਸੀਡੀ ਜਾਣੀ ਆਉਂਦੀ ਹੈ ਨਾ ਉਹ ਵੇਖੋ ਬੁਢਾਵਾ ਵੀ ਛੋਟਾ ਹੀ ਹੈ ਬੁਢਾਵਾ ਅਸਲਾਮੁਅਲੈਕੁਮ ਵੀਵਰਸ ਕੀ ਹਾਲ ਚਾਲ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋ ਗਏ ਲਗਭਗ ਸਾਨੂੰ ਖੁਸ਼ ਰੱਖੇ ਅਤੇ ਮਾਸ਼ਾਅੱਲਾ ਆਬਾਦ ਲੱਗੇ ਅੱਜ ਸਾਨੂੰ ਬਹੁਤ ਹੀ ਵੱਡੀ ਖੁਸ਼ੀ ਮਿਲੀ ਹੈ ਅਤੇ ਅਸੀਂ ਬਹੁਤ ਹੀ ਖੁਸ਼ ਹੈ ਅਤੇ ਇਹ ਤੁਹਾਨੂੰ ਮੈਂ ਖੁਸ਼ੀ ਦਿਖਾਵਾਂਗੀ ਨਾਲੇ ਮੈਂ ਆਪਣੇ ਭੈਣ ਭਰਾਵਾਂ ਤੁਹਾਨੂੰ ਮਿਲਾਵਾਂਗੀ ਇਹ ਵੇਖੋ ਇਹ ਮੇਰਾ ਵੱਡਾ ਭਰਾ ਹੈ ਅਤੇ ਉਹ ਮੇਰਾ ਤੁਸੀਂ ਹਸੀਬ ਤੋਂ ਜਾਣਦੇ ਹੀ ਹੈ ਅਤੇ ਇਹ ਅਸੀਂ ਲੈ ਕੇ ਆਏ ਹਾਂ ਨਵੀਂ ਐੱਲ ਸੀ ਡੀ ਕਿੰਨੇ ਇੰਚ ਦੀ ਹੈ ਸੀਬ ਕਿੰਨੇ ਇੰਚ ਦੀ ਹੈ 43 ਇੰਚ ਦੀ ਕਿੱਥੇ ਲਿਖਿਆ ਹੈ ਇਹ ਲਿਖਾ ਗਈ 43 ਇੰਚ ਦੀ ਮਾਸ਼ਾਅੱਲਾ ਸਾਡੇ ਘਰ ਪਹਿਲੇ ਬਹੁਤ ਹੀ ਛੋਟੀ ਜਿਹੀ ਸੀ ਅਤੇ ਹੁਣ ਮਾਸ਼ਾਅੱਲਾ ਬਹੁਤ ਹੀ ਵੱਡੀ ਲੈ ਕੇ ਆਏ ਹਾਂ ਅਤੇ ਤੁਹਾਨੂੰ ਪਤਾ ਮਾਸ਼ਾਅੱਲਾ ਛੋਟੀ ਚੀਜ਼ ਨਾਲ ਜਦੋਂ ਵੱਡੀ ਮਿਲਦੀ ਤਾਂ ਕਿੰਨੀ ਖੁਸ਼ੀ ਹੁੰਦੀ ਸਾਨੂੰ ਬਹੁਤ ਹੀ ਖੁਸ਼ੀ ਅਤੇ ਹੋਰ ਸਾਡੀ ਹੁਰੈਨ ਨੂੰ ਕੁਛ ਨਹੀਂ ਹੈ ਕੀ ਖਾ ਰਹੀ ਹੋ ਹਾਂ ਮੁਝੇ ਵੀ ਧੋ ਨਾ ਮੁਝੇ ਵੀ ਧੋ ਇਹ ਕਿੱਥੋਂ ਲਿੱਤੇ ਆ ਕੌਣ ਸੀ ਦੇਖ ਰਹੀ ਹੋ ਆਬਦ ਨੇ ਲੈ ਦਿੱਤੀ ਅੱਛਾ ਆਬਦ ਨੇ ਵਾਹ ਜੀ ਵਾਹ ਮੈਂ ਤਾਂ ਸਮਝਿਆ ਸੀ ਵੱਡੇ ਭਰਾ ਨੇ ਲੈ ਦਿੱਤੀ ਮੈਨੂੰ ਨੀ ਪਤਾ ਛੋਟੇ ਭਰਾ ਨੇ ਲੈ ਦਿੱਤੀ ਹੈ ਮਾਸ਼ਾਅੱਲਾ ਬਹੁਤ ਹੀ ਖੁਸ਼ੀ ਹੈ ਤੁਹਾਨੂੰ ਆਪਣੀ ਨਾ ਛੋਟੀ ਵੀ ਐਲ ਸੀ ਡੀ ਖਾਂਦੀ ਹੈ ਪਹਿਲਾਂ ਸਾਡੀ ਛੋਟੀ ਜਿਹੀ ਐਲ ਸੀ ਡੀ ਸੀ ਤਾਂ ਜਦੋਂ ਅਸੀਂ ਲਗਾਉਂਦੇ ਸਾਨੂੰ ਮਜ਼ਾ ਨਹੀਂ ਸੀ ਆਉਂਦਾ ਅਤੇ ਨਾਲੇ ਉਹ ਨੈੱਟ ਤੋਂ ਬਗੈਰ ਸੀ ਹੁਣ ਅਸੀਂ ਇਹ ਨੈੱਟ ਵਾਲੀ ਲੈ ਕੇ ਮਾਸ਼ਾਅੱਲਾ ਗੂਗਲ ਕੀ ਐ ਵੇਖੋ ਲਿਖਿਆ ਹੈਗੀ TCL ਗੂਗਲ TV ਅੱਛਾ ਅੱਛਾ TCL ਵਾਲਿਆਂ ਦੀ 43 ਇੰਚ ਦੀ ਹੁਣ ਅਸੀਂ ਇਹਨੂੰ ਓਪਨ ਕਰਾਂਗੇ ਤੁਹਾਨੂੰ ਵਿਖਾਵਾਂਗੇ ਤੇ ਮਾਸ਼ਾਅੱਲਾ ਕਮੈਂਟ 'ਚ ਲਾਜ਼ਮੀ ਕਹਿਣਾ ਹਸੀਬ ਤੈਨੂੰ ਕੀ ਫੀਲਿੰਗ ਆ ਰਹੀ ਹੈ ਮੈਨੂੰ ਆ ਰਹੀ ਹੈ ਕਿ ਛੋਟੀ ਤਾਂ ਵੱਡੀ ਚੀਜ਼ ਲੈਣ ਦੀ ਨਾ ਹੁਣ ਛੋਟੀ ਵੀ ਵਿਖਾ ਇਹਨਾਂ ਨੂੰ ਛੋਟੀ ਵੀ ਬਣੀ ਜਦੋਂ ਮੈਂ ਵੇਖਦਾ ਨਜ਼ਰ ਆ ਕਾਰਟੂਨ ਇਹ ਸਰ ਜੁਸ਼ੀ ਦਾ ਵਲੋਗ ਐਡੇ ਐਡੇ ਮੂੰਹ ਨਜ਼ਰ ਆਉਂਦੇ ਸੁਣ ਐਡੇ ਐਡੇ ਵੱਡੇ ਮੂੰਹ ਨਜ਼ਰ ਆ ਕੋਈ ਗੱਲ ਨਹੀਂ ਜਦੋਂ ਅਸੀਂ ਲੱਗੇ ਹੋਵਾਂਗੇ ਤੁਹਾਡਾ ਵੀ ਐਡਾ ਹੀ ਵੱਡਾ ਆਏਗਾ ਤੇ ਚਲੋ ਗਾਈ ਇਨਬੋਕਸਿੰਗ ਇਨਬੋਕਸਿੰਗ ਅਸੀਂ ਇਹਨੂੰ ਕੋਈ ਨਵਾਂ ਅਸੀਂ ਇਹਨੂੰ ਛੁਰੀ ਨਾਲ ਹੈਪੀ ਬਰਥਡੇ ਕਰਨਾ ਸ਼ੁਰੂ ਕਰਦੇ ਹਾਂ ਐਸੀ ਦਾ ਕਹਿੰਦੇ ਭੈਣ ਭਰਾਵਾਂ ਦਾ ਕਿੰਨਾ ਪਿਆਰ ਹੁੰਦਾ ਸਾਡੇ ਭੈਣ ਭਰਾਵਾਂ ਦਾ ਮਾਸ਼ਾਅੱਲਾ ਇੰਨਾ ਪਿਆਰ ਅੱਲਾਹ ਪਾਕ ਬੁਰੀ ਨਜ਼ਰ ਤੋਂ ਬਚਾਵੇ ਤੇ ਅੱਲਾਹ ਪਾਕ ਹਰ ਇੱਕ ਦੇ ਭੈਣ ਭਰਾਵਾਂ 'ਚ ਸਲੂਕ ਪਾਕ ਰੱਖੇ ਤੇ ਗਾਈ ਤੁਸੀਂ ਲਾਜ਼ਮੀ ਦੱਸਣਾ ਕੰਪਨੀ ਠੀਕ ਹੁੰਦੀ ਹੈ ਕਿ ਨਹੀਂ ਕੰਪਨੀ ਠੀਕ ਹੁੰਦੀ ਕਿ ਨਹੀਂ ਅਗੇ ਕੰਪਨੀ ਟਿੱਕੇ ਮਾਰਦੇ ਪਏ ਆ ਕੰਪਨੀ ਠੀਕ ਹੀ ਹੁੰਦੀ ਹੈ ਬਸ ਲਾ ਦਾ ਤਰੀਕਾ ਹੋ ਜਿਹਦਾ ਚਾਹੇ ਲੋਕਲ ਹੋਵੇ ਚਾਹੇ ਉਹ ਹੋਵੇ ਜਿਹਨੇ ਨੀਚੇ ਰੱਖ ਕੇ ਲਵਾਣੀ ਨੀਚੇ ਰੱਖ ਕੇ ਲਵਾ ਲੈ ਮੈਨੂੰ ਪੰਜਾਬੀ ਚ ਬੋਲਣਾ ਕੁਛ ਨਹੀਂ ਆਉਂਦਾ ਐ ਵੇਖੋ ਇਹ ਬੋਰਡ ਅਗਲੇ ਨੱਟ ਪੇਜ ਕਿਨੇ ਜਿੱਕਾਂ ਜੀ ਜੁੱਗੂ ਇਹ ਤਾਂ ਸਭ ਨੂੰ ਹੀ ਪਤਾ ਹੈ ਐ ਤੇ ਹੋਰ ਕੀ ਚੀਜ਼ ਹੈ ਸਟicker ਵਗੈਰਾ ਵੀ ਨਿਕਲਣਾ ਚਾਹੀਦਾ ਨਹੀਂ ਯਾਰ ਗੰਜਾਈ ਤੂੰ ਜੇ ਨਿਕਲ ਵੀ ਗਰੀਬ ਆ ਇਹ ਖੋਲਾਂ ਦਿਆ ਇਹ ਉਹਨਾਂ ਦੇ ਕੋਈ ਪੈਸੇ ਨਹੀਂ ਹੈ ਉੱਤੇ ਬੰਦਾ ਫ੍ਰੀ ਚ ਜਾਂਦਾ ਹੈ ਕਟਾ ਫੜ ਅਸੀਂ ਤੇ ਫੜ ਬਾਈ ਇਹ ਉਧਰ ਰੱਖ ਲੋ
ਕੋਈ ਗੱਲ ਨਹੀਂ, ਮੈਂ ਫਿਰ ਪੰਜਾਬੀ ਉਰਦੂ ਬੋਲਿਆ ਬਾਈ ਉਹ ਤੇ ਰੱਖਦੇ ਮਾਸ਼ਾਅੱਲਾ ਬਹੁਤ ਹੀ ਸੋਹਣੀ ਕਹਿੰਦੇ ਪੇਂਡੂਆ ਦੇ ਹੱਥ ਮਾਚਿਸ ਆ ਗਿਆ ਨਾ ਉਹ ਪੂਰੇ ਘਰ ਨੂੰ ਸਾੜਦੇ, ਉਹ ਸਾਬ ਤੁਹਾਡਾ ਹੋਣ ਦੇ ਅੱਜ ਪਚੱਤਰ ਸੱਤਰ ਹਜ਼ਾਰ ਰੁਪਏ ਦੀ ਤੁਹਾਨੂੰ ਬੜੀ ਖੁਸ਼ੀ ਹੈ ਨੇ ਤੇ ਮਾਸ਼ਾਅੱਲਾ ਆਪਣੀ ਅੱਖਾਂ ਤੇ ਬਹੁਤ ਲਾਲੀਆਂ ਸ਼ਾਲੀਆਂ ਲਾਈਆਂ ਹੈ, ਹੈਰਾਨ ਨਹੀਂ ਮੈਂ ਤੁਹਾਨੂੰ ਵਖਾਉਂਦੀ ਹੈ, ਤੁਹਾਨੂੰ ਬੜੀ ਖੁਸ਼ੀ ਹੋ ਰਹੀ ਹੈ ਉਹ ਬੜੀ ਜਿਹੜੇ ਬੱਚੇ ਟਰੈਨ ਯਕੀਨ ਕਰ ਅਸੀਂ ਮੈਨੂੰ ਸਿਰਫ ਮੋਬਾਈਲ ਦੇ ਇਲਾਵਾ ਮੈਨੂੰ ਐਲਸੀਡੀ ਨਹੀਂ ਚਲਾਉਣੀ ਆਉਂਦੀ, ਅਸੀਂ ਹੁੰਦੇ ਹਾਂ ਪਿੰਡ ਸਾਡੇ ਹੱਥ ਜਿਹੜੀ ਚੀਜ਼ ਉਹਦੇ ਵਿੱਚ ਚਲਾ ਦੇਣਾ ਤੁਸੀਂ ਘੱਬ ਸੁਣੀ ਹੈਗੀ, ਬਾਂਦਰ ਦੇ ਹੱਥ ਮਸ ਜਾ ਜਾਣਾ ਪੂਰਾ ਜੰਗਲ ਹੀ ਸਾੜ ਦਿੰਦਾ, ਪੂਰਾ ਜੰਗਲ ਹੀ ਸਿੱਖਾਂ ਦੇ ਟੈਂਟ ਆਉਂਦੀ। ਫਿਲਹਾਲ ਮੈਂ ਕਾਫੀ ਚੀਜ਼ਾਂ ਹਸੀਬ ਤੋਂ ਸਿੱਖਦੀ ਹਾਂ, ਮੈਨੂੰ ਨਹੀਂ ਇਨ ਚੀਜ਼ਾਂ ਦਾ ਪਤਾ, ਇਹ ਮੇਰਾ ਦੋਸਤ ਵੀ ਦੇ। ਚਲੋ ਜੀ ਇਹ ਹੋਣੇ ਲੱਗੀ ਆ ਓਪਨਿੰਗ, ਬਟਨ ਤਾਂ ਸੁੱਟੇ ਹੀ, ਲਓ ਜੀ ਗੱਲ ਸੁਣੋ, ਅਸੀਂ ਇੱਦਾਂ ਦਾ ਐਲਸੀਡੀ ਚਲਾਉਂਦੇ ਤੇ ਬਟਨ ਸੁੱਟੇ ਹੀ ਨਹੀਂ। ਉਹ ਵੇ ਜਿਨ੍ਹਾਂ ਨੂੰ ਚਲਾਉਣੇ ਆਉਂਦੇ ਉਹ ਵੇ ਬ੍ਰੈਂਡ ਮੇਰੇ ਬੇਟੇ ਕੀ ਐਲਸੀਡੀ ਹੈ, ਆਏ ਓਏ ਨੈਨੋ ਦੀ ਆਈ ਐਲਸੀਡੀ, ਓਕੇ ਕਰੋ ਨਾ ਨੈਟ ਲਗਾਉਣਾ ਪਏਗਾ ਮੰਮੀ ਕੋ, ਸੈਟਿੰਗ ਹੋਈ ਸੈਟਿੰਗ ਹਸਨ ਤੁਮ ਵੀ ਕੁਛ ਬੋਲੋ, ਸਾਡੇ ਮੁੰਡੇ ਤੇ ਐਸੇ ਜਦੋਂ ਕੈਮਰੇ ਸਾਹਮਣੇ ਕੋਈ ਦੁਨੀਆ ਵੇਖਦੀ ਨਹੀਂ ਪਹਿਲੇ ਕੰਫਿਊਜ਼ ਹੋ ਜਾਂਦੇ ਆ। ਆਈਸ ਬੰਦ ਕਰੋ, ਸ਼ੁਕਰ ਮੇਰੀ ਭਤੀਜੀ ਨੂੰ ਆਈਸ ਦਾ ਪਤਾ ਲੱਗ ਗਿਆ। ਲਓ ਜੀ ਐਲ ਸੀ ਡੀ ਚਲਾ ਦੇ ਹੁਣ ਆਪਣਾ ਸੈਟਿੰਗ ਵਗੈਰਾ ਕਰਦੇ ਪਏ। ਹੁਰੈਨ ਹੁਰੈਨ ਦਿੱਲੇ ਪਾਸੇ ਆਣਾ, ਅਸੀਂ ਹਲੇ ਚਲਾ ਕੇ ਟਰਾਈ ਕਰਦੇ ਪਏ ਹਾਂ, ਸਿੱਖਣਾ ਬੜਾ ਮੁਸ਼ਕਲ ਹੈ, ਮੈਨੂੰ ਤਾਂ ਬੜੀ ਮੁਸ਼ਕਲ ਲੱਗਦੀ ਹੈ। ਦਿਲ ਵੱਡੀ ਆ ਜੀ, ਐਡੇ ਐਡੇ ਵੱਡੇ ਮੂੰਹ ਆਉਂਦੇ ਚਲਾ ਅਦਰਾ, ਮੈਨੂੰ ਚਬੇਰ
ਤਮਾਸ਼ਾ ਵੇਖਣਾ ਮੈਂ ਸੀ ਨੂੰ ਮਾਰਾਂਗੀ ਉਹ ਰੈਣ ਮੈਨੂੰ ਮਾਰੇਗੀ ਤੁਸੀਂ ਅਗਰਾਹ ਸੀ ਥੋੜਾ ਗਿਆ ਛੋੜ ਦੋ ਕਹਿੰਦੀ ਛੋੜ ਭਈਆ ਮੇਰਾ ਫੁੱਲ ਝੜੀ ਸਾਡੀ ਫੁੱਲ ਝੜੀ ਛੋਟੀ ਫਤਾ ਉਹ ਮੇਰੀ ਮਾਸੀ ਫਤਾ ਛੋਟੀ ਮੇਰੀ ਮਾਸੀ ਫਤਾ ਉਹ ਮੇਰੀ ਛੋਟੀ ਜੀ ਮਾਸੀ ਫਤਾ